ਬਿਸਮਿਲ্লাহਿਰਰਹਿਮਾਨਿਰਰਹੀਮ ਪਾਕਿਸਤਾਨ ਤੇ ਦੁਨੀਆ ਚ ਦੁਨੀਆ ਭਰ ਵਿੱਚ ਵੇਖਣ ਵਾਲੇ ਤੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਅਸਲਾਮੁਅਲੈਕਮ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ YouTube ਚੈਨਲ ਪੰਜਾਬ ਜ਼ਮੀਨ ਆਨਲਾਈਨ ਤੇ ਮੈਂ ਆ ਤੁਹਾਡਾ ਦੋਸਤ ਮੁਹੰਮਦ ਇਮਰਾਨ ਖਾਨ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਇਫਜ਼ੋ ਇਮਾਨ ਵਿੱਚ ਰੱਖੇ ਤੇ ਅੱਲਾਹ ਤਾਲਾ ਸਾਰਿਆਂ ਨੂੰ ਪੰਜ ਵਕਤ ਨਮਾਜ਼ ਪੜ੍ਹਨ ਦੀ ਤੋਫੀਕ ਅਤਾ ਫਰਮਾਵੇ ਤੇ ਦੋਸਤਾਂ ਦੀ ਫਰਮਾਇਸ਼ ਤੇ ਇੱਕ ਪੰਜਾਬੀ ਚ ਵੀਡੀਓ ਕਰ ਰਹੇ ਹਾਂ ਤੇ ਦੋਸਤੋ ਮੈਂ ਤੁਹਾਡੀ ਖidmat ਵਿੱਚ ਹਾਜ਼ਰ ਹਾਂ 13 ਏਕੜ ਯਾਨੀ ਪੰਜਾਬੀ ਚ ਕਹਿੰਦੇ ਨੇ 13 ਕਿੱਲੇ 13 ਕਿੱਲੇ ਜ਼ਮੀਨ ਹੈ ਜਿਹੜੀ ਮੁਕੰਮਲ ਆਬਾਦ ਹੈ ਤੇ ਦੋਸਤੋ ਇਹ ਜ਼ਮੀਨ ਤਹਿਸੀਲ ਬਹਾਵਲ ਲੰਗਰ ਤੇ ਜ਼ਿਲ੍ਹਾ ਵੀ ਬਹਾਵਲ ਲੰਗਰ ਸੌਰੀ ਹਰੋਂ ਨਾ ਬਾਅਦ ਤੇ ਜ਼ਿਲ੍ਹਾ ਬਹਾਵਲ ਲੰਗਰ ਦੇ ਵਿੱਚ ਇਹ ਰਕਬਾ ਮੌਜੂਦ ਹੈ ਦੋਸਤੋ ਔਰ ਇਸ 13 ਏਕੜ ਜ਼ਮੀਨ ਤੁਸੀਂ ਵੇਖ ਸਕਦੇ ਹੋ ਕਿੰਨੇ ਚ ਕਿੰਨਾ ਖੂਬਸੂਰਤ ਨਰਮਾ ਕਪਾਹ ਖੜੀ ਹੋਈ ਹੈ ਤੇ ਕਿੱਡੇ ਕੱਦ ਵਾਲਾ ਤੇ ਇਹ ਕਣਕ ਦੀ ਤਿਆਰੀ ਹੋ ਗਈ ਹੈ ਤੇ ਕਣਕ ਦੀ ਬਿਜਾਈ ਹੋ ਚੁੱਕੀ ਹੈ ਤੇ ਅੱਗੇ ਤੁਸੀਂ ਵੇਖ ਰਹੇ ਹੋ ਕਿ ਦਰਖਤ ਕਿੰਨੇ ਖੜੇ ਨੇ ਜ਼ਮੀਨ ਦੇ ਵਿੱਚ ਤੇ ਜ਼ਮੀਨ 'ਚ ਕਿੰਨੀ ਤਾਕਤ ਹੈ ਤੇ ਮਾਸ਼ਾਅੱਲਾ ਬਹੁਤ ਚੰਗੀ ਜ਼ਮੀਨ ਹੈ ਟਾਪ ਦੀ ਜ਼ਮੀਨ ਹੈ ਝੋਟੇ ਦੇ ਸਰੰਗੀ ਜ਼ਮੀਨ ਹੈ ਇਹ ਮੋਟੀ ਜ਼ਮੀਨ ਹੈ ਯਾਨੀ ਮੋٹے ਵੜਦਾ ਰਕਬਾ ਤੇ ਦੋਸਤੋ ਇੱਥੇ ਸਾਡੇ ਹਰੋਨਾਬਾਦ 'ਚ ਤਕਰੀਬਨ ਫੋਟਾਬਾਦ 'ਚ ਜਿਆਦਾ ਜਿਹੇ ਫਸਲ ਹੁੰਦੀ ਹੈ ਨਾ ਉੱਕਪਾ ਤੇ ਕਣਕ ਤੇ ਰਾਇਆ ਤੇ ਕਿਸੇ ਕਿਸੇ ਜਗ੍ਹਾ ਤੇ ਥੋੜਾ ਬਹੁਤਾ ਗੰਨਾ ਕਾਸ਼ਤ ਕਰਦੇ ਨੇ ਤੇ ਬਹਾਵਲ ਨਗਰ ਦੇ ਵਿੱਚ ਫਿਰ ਜ਼ਿਆਦਾਤਰ ਜਿਹੜਾ ਨਾ ਜੋਨਾ ਤੇ ਮੱਕਈ ਦਾ ਹੋਂਡ ਰਿਵਾਜ ਸ਼ੁਰੂ ਹੋ ਗਿਆ ਤਾਂ ਆਲੂ ਦਾ ਤੇ ਮੱਕਈ ਤੇ ਕਣਕ ਦਾ ਆਲੂ ਦਾ ਹੋਂਡ ਰਿਵਾਜ ਸ਼ੁਰੂ ਹੋਇਆ ਪਹਿਲੇ ਜੋਨਾ ਤੇ ਨਰਮੇ ਦਾ ਹੁੰਦਾ ਸੀ ਤੇ ਦੋਸਤੋ ਇਹ ਜਿਹੜੇ 13.5 ਕਿੱਲੇ ਜ਼ਮੀਨ ਹੈ ਇਹ ਤਕਰੀਬਨ ਹਰੂਨਾਬਾਦ ਤੋਂ ਬਾਰਡਰ ਵਾਲੀ ਸਾਈਡ ਤੇ ਤਕਰੀਬਨ ਬਾਰਡਰ ਦੀ ਬਾਉਂਡਰੀ ਦੇ ਪਿੰਦਾ ਤੇ ਇੱਥੇ ਸਿਰਫ ਇਹ ਦਰਖਤਾਂ ਦਾ ਇਸ਼ੂ ਹੈ ਇਹਨਾਂ ਦਾ ਪਰਮਟ ਲੈਣਾ ਪੈਂਦਾ ਹੈ ਹੋਰ ਇਹਦਾ ਕੋਈ ਐਸਾ ਮਾਮਲਾ ਨਹੀਂ ਹੁੰਦਾ ਤੇ ਇਹਦਾ ਜਨਾਬ ਵਾਲੀ ਥੱਲੇ ਪਾਣੀ ਮਿੱਠਾ ਹੈਗਾ ਸਲਾਨਾ ਦਾ ਪਾਣੀ ਹੈਗਾ ਤੇ ਜਿਹੜੀ 12 ਮਾਸੀ ਨਹਿਰ ਜਿਹਨੂੰ ਕਹਿੰਦੇ ਨੇ ਉਹ ਪਾਣੀ ਹੈ ਥੱਲੇ ਪਾਣੀ ਮਿੱਠਾ ਹੈ ਤੇ ਇੱਥੇ ਜਿਹੜਾ ਠੇਕਾ ਚੱਲਦਾ ਪਿਆ ਹੈ ਠੇਕਾ ਇੱਥੋਂ 1 30 ਤੇ 1.5 ਦੇ ਰਾਉਂਡ ਬੌਂਡ ਹੈ ਤੇ ਯਾਰਾਂ ਨੂੰ ਦੋਸਤਾਂ ਨੂੰ ਜ਼ਮਾ ਚੈਨਲ ਸਬਸਕ੍ਰਾਈਬ ਕਰਿਓ ਤੇ ਬੱਲੇਕਨ ਘੰਟੀ ਦਬਾਓ ਕਿ ਸਟੂਲ ਨੂੰ ਮੱਖ ਕੇ ਜ਼ਮਾ ਵੀਡੀਓ ਥਾਸ਼ ਤਵਰਸੀ ਜੀ ਤੇ ਦੋਸਤੋ ਡਿਮਾਂਡ ਦੀ ਅਗਰ ਇਸ ਗੱਲ ਕੀਤੀ ਜਾਏ ਤਾਂ ਬੜੇ ਲੋਕ ਇਤਰਾਜ਼ ਕਰਦੇ ਨੇ ਡਿਮਾਂਡ ਤੇ ਦੇਖੋ ਜੀ ਦੋਸਤੋ ਡਿਮਾਂਡ ਮਾਲਕ ਦੀ ਹੁੰਦੀ ਹੈ ਸਾਡਾ ਕੋਈ ਜ਼ਾਤੀ ਰਕਬਾ ਤਾਂ ਹੁੰਦਾ ਕੋਈ ਨਹੀਂ ਜਿੰਦੇ ਅਸੀਂ ਤੁਹਾਨੂੰ ਡਿਮਾਂਡ ਕਰਦੀਏ ਵੀ ਜ਼ਿਆਦਾ ਕਰਤੇ ਤੇ ਬਾਕੀ ਉ ਠੇਕੇ ਵੱਧ ਗਏ ਜਨਸ ਵੱਧ ਗਏ ਨੇ ਤੁਹਾਡੇ ਤੱਕ ਤੇ ਗੱਲ ਅਸੀਂ ਪਹੁੰਚਾ ਸਕਨੇ ਆ ਤੁਹਾਨੂੰ ਵੀ ਪਤਾ ਸਾਡੇ ਨਾਲ ਜ਼ਿਆਦਾ ਹੈ ਤੇ ਦੋਸਤੋ ਡਿਮਾਂਡ ਦੀ ਅਗਰ ਇਹਦੀ ਗੱਲ ਕੀਤੀ ਜਾਵੇ ਨਾ ਤੇ ਡਿਮਾਂਡ ਇਹਦੇ ਮਾਲਕ ਕਰਦੇ ਪੈਣੇ ਜਨਾਬ ਲਈ 29 ਲੱਖ ਰੁਪਏ 29 ਤੋਂ 28 ਫਾਈਨਲ ਕਹਿੰਦੇ ਨੇ ਬਾਕੀ ਮੌਕੇ ਤੇ ਜਿੱਥੇ ਆ ਕੇ ਇਹ ਸੌਦਾ ਬਣ ਜਾਵੇ ਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਆਪਣੇ ਦੋਸਤਾਂ ਨਾਲ ਵਟਸਐਪ ਕਰੋ ਤੇ ਫਿਰ ਅਮਾਨ ਅੱਲਾ ਅੱਫ